बिस्मिल्लाहिर्रहमानिर्रहीम, अस्सलाम वालेकुम मेरे भाई भाइयों, अल्लाह ने भी शक्के शादो बाद रखे कर अपना चैनल बनी रहा अपनी फैमिली ब्लॉग के सब्सक्राइब नहीं किया उनसे सब्सक्राइब करो ये बेल आइकन का बटन भी प्रेस करो ताकि हर नोटिफिकेशन मेरे भाई भैया तक बर वक्त पहुंचता रहे। अच्छा जी, आज की वीडियो कुछ इस तरह दी है भी हम दोपहर के खाने का इंतजाम कर लगे हैं क्योंकि काम करन दे तो उन्होंने बस एक रोटी दे के उन्होंने खाना तैयार कर दी है तो इंशाल्लाह अपने भाई भैया शेयर कर दी है। अब मैं खाने की बनाने लगी हूं ਅਤੇ ਮੰਮਾ ਦਾਨਿਸ਼ ਅਤੇ ਨਾਇਆ ਫਾਤਮਾ ਇਹ ਰੋ ਰਹੇ ਸੀਗੇ ਅਤੇ ਮੰਮਾ ਦਾਨਿਸ਼ ਨੂੰ ਨਹਾ ਕੇ ਲਿਆ ਕੇ ਪਾਇਆ ਵਾ ਅਤੇ ਹੁਣ ਇਹਨਾਂ ਨੇ ਫੀਟਰ ਦਿੱਤਾ ਵਾ ਕਿ ਮੰਮਾ ਦਾਨਿਸ਼ ਦੀ ਤਬੀਅਤ ਨਹੀਂ ਠੀਕ ਹੈ, ਮੰਮਾ ਦਾਨਿਸ਼ ਨੂੰ ਬੁਖਾਰ ਹੋਇਆ ਵਾ ਅਤੇ ਹੁਣ ਮੈਂ ਮਰੀਮ ਨੂੰ ਕਿਹਾ ਵੀ ਸਰਾ ਫੀਟਰ ਪੀ ਲੈਂਦੇ, ਉਸ ਬਾਅਦ ਚੱਟ ਠਹਿਰ ਕੇ ਨਾ ਘੰਟਾ ਕੁ ਅੱਧਾ ਅੱਧਾ ਘੰਟਾ ਠਹਿਰ ਕੇ ਮੁਸੀਬਤ ਦੇ ਜਿਹੜੇ ਲੈ ਕੇ ਆਉਂਦੇ ਇਹਨਾਂ ਨੂੰ ਮੈਡੀਸਨ ਲਿਆਉਂਦੀ ਆ ਉਹ ਵੀ ਇਹਨਾਂ ਦੇ ਕਿਉਂ ਮੌਸਮ ਇੱਦਾਂ ਦਾ ਵਾ ਵੀ ਸਿਆਣੇ ਵੀ ਜਿਹੜੇ ਉਹ ਬਿਮਾਰ ਹੋਣ ਡਏ ਆ ਅਤੇ ਨਾਇਆ ਫਾਤਮਾ ਮੰਮਾ ਦਾਨਿਸ਼ ਨੂੰ ਫੀਟਰ ਪੀਣ ਡੇ, ਮਸਾਂ ਚੁੱਪ ਕਰਾਏ, ਮੈਂ ਕਿਹਾ ਆਪਣੇ ਵਲੋਗ ਸ਼ੁਰੂ ਕਰਨਾ ਇਹਨਾਂ ਰੋਈ ਜਾਣਾ ਫਿਰ ਅਤੇ ਹੁਣ ਇਹ ਦੁੱਧ ਪੀ ਲੈਂਦੇ ਅਤੇ ਮੇਰੇ ਮੇਰੇ ਪੱਖਾ ਛੱਡ ਦੇ ਮਾੜਾ ਜਿਹਾ ਉੱਪਰੋਂ ਕਿ ਪੱਖਾ ਬੰਦ ਕਰਕੇ ਮੈਂ ਬੈਠ ਸ਼ੁਰੂ ਕੀਤਾ ਸੀਗਾ, ਮੈਂ ਕਿਹਾ ਬਾਦਲਾਂ ਵਿੱਚ ਆਪਦੇ ਛਾਂ ਛਾਂ ਦੀ ਜਾਵੇ ਅਤੇ ਇਨਸ਼ਾਲਾ ਹੁਣ ਮੈਂ ਜੋ ਨਾਲ ਪਕਾਉਂਦੀ ਹਾਂ ਅਤੇ ਖਾਣੇ ਤਿਆਰ ਕਰਦੀ ਇਨਸ਼ਾਲਾ ਫਿਰ ਆਪਣੇ ਮੇਰੇ ਭਾਈਆਂ ਸ਼ੇਅਰ ਕਰਦੀ। ਅੱਛਾ ਜੀ, ਸਮਾਨ ਮੈਂ ਸਾਰਾ ਰੈਡੀ ਕਰ ਚੁੱਕੀ ਹਾਂ ਅਤੇ ਹੁਣ ਲਸਣ ਅਤੇ ਅਦਰਕ ਦਾ ਅਤੇ ਹਰੀ ਮਿਰਚ ਦਾ ਪੇਸਟ ਪੇਸਟ ਜਿਹੜਾ ਤਿਆਰ ਕਰਨਾ ਵਾ ਅਤੇ ਉਹ ਵੀ ਜਲਦੀ ਜਲਦੀ ਕਰ ਲੈਂਦੀ ਹਾਂ, ਪੇਸਟ ਕਰਾ ਲਿਆ ਅਤੇ ਟੁਕੜੇ ਟੁਕੜੇ ਦੇ ਦਿੰਦੀ ਹਾਂ ਕਿਉਂਕਿ ਮੱਖੀ ਜੋ ਜ਼ਿਆਦਾ ਵਾ। ਬਿਸਮਿਲ੍ਲਾ ਕਰਦੀ ਲਸਣ ਅਦਰਕ ਅਤੇ ਹਰੀ ਮਿਰਚ ਇਹਦਾ ਪੇਸਟ ਜਲਦੀ ਤਿਆਰ ਕਰ ਲੈਂਦੀ, ਤਿਆਰ ਕਰਕੇ ਫਿਰ ਉਸ ਤੋਂ ਬਾਅਦ ਸਾਰਾ ਸਮਾਨ ਮੈਂ ਕਰ ਲਿਆ ਕੋਲ, ਨਮਕ ਮਿਰਚ ਹਰ ਸ਼ਾਇਦ ਰੈਡੀ ਕਰ ਲਈ ਜਿਹੜੀ ਖਾਣਾ ਬਣਾਉਂਦੀ ਹਾਂ। ਅਤੇ ਖਾਣੇ ਵਿੱਚ ਅੱਜ ਮੈਂ ਬਣਾ ਰਹੀ ਹਾਂ ਆਲੂ, ਆਲੂ ਬਣਾ ਰਹੀ ਹਾਂ ਖਾਣੇ ਵਿੱਚ ਅਤੇ ਅੱਜ ਸਾਰੇ ਕਹਿੰਦੇ ਸੀਗੇ ਆਲੂ ਬਣਾ ਲਈਓ ਅਤੇ ਮਜ਼ੇਦਾਰ ਜਿਹੇ ਬਣਾ ਕੇ ਲਿਆਈਓ ਅਤੇ ਸ਼ਾਹਲ ਕਹਿੰਦਾ ਸੀ ਅੰਮੀ ਜੀ ਤੁਸੀਂ ਲਿਆਉਣੇ ਆਪ ਬਣਾ ਕੇ ਸੋਹਣੇ ਬਣੇ ਕਰਕੇ, ਅਤੇ ਮੈਂ ਠੀਕ ਆ ਅੱਜ ਆਲੂ ਬਣਾ ਕੇ ਲੈ ਲਈ ਅਤੇ ਹੁਣ ਜਦੋਂ ਜੀ ਮੈਂ ਆਲੂ ਬਣਾਉਣੀ ਬਣਾ ਕੇ ਅਤੇ ਸਾਲਣ ਜਿਹੜਾ ਸਾਰਾ ਤਿਆਰ ਹੋ ਗਈ, ਉਸ ਤੋਂ ਬਾਅਦ ਅਤੇ ਚੱਲਦੇ ਉੱਥੇ ਅਤੇ ਫਿਰ ਜੋ ਉੱਥੇ ਦਾ ਮਾਹੌਲ ਹੋਊਗਾ ਅਤੇ ਜਿੰਨਾ ਕੁ ਕੰਮ ਹੋਇਆ ਹੋਇਆ ਉਹ ਵੀ ਆਪਣੇ ਭੈਣ ਭਾਈਆਂ ਨੂੰ ਦਿਖਾਊਂਗੀ। ਅਤੇ ਭੱਤੀ ਮਾਛੜਾ ਜਿਹੜੀ ਉਹ ਪੈ ਗਈ ਹੈ, ਹੁਣ ਖਿੱਚ ਖਿੱਚ ਕੇ ਨਾ ਅੰਦਰ ਕਰਨੀ ਹੈ ਅਤੇ ਉਹ ਵੀ ਸਾਰਾ ਪੱਧਰਾ ਹੋ ਜੂਗਾ, ਫਿਰ ਦੂਸਰਾ ਕੰਮ ਫਿਰ ਤਾਂ ਜ਼ਰੂਰ ਸ਼ੁਰੂ ਹੋਊਗਾ। ਅੰਮੀ ਖੁਦ ਕਰੂਗੇ ਜਾਂ ਮਸ਼ੀਨ ਨਾਲ ਕਰੂਗੇ? ਨਹੀਂ ਮਸ਼ੀਨ ਦੇ ਨਾਲ, ਉਹ ਨਾ ਕਹਿੰਦੇ ਵੀ ਮਸ਼ੀਨ ਨਾ, ਮਸ਼ੀਨ ਦੇ ਨਾਲ ਕਹਿੰਦੇ ਸਾਡੇ ਭਰਤੀ ਉਹਨਾਂ ਕੋਲ ਉਹਨਾਂ ਨੇ ਸਸਤੀ ਮੰਗਾ ਲਈ ਅਤੇ ਜੋ ਉਹਨਾਂ ਨੂੰ ਸਾਨੂੰ ਕਿਹਾ ਸੀ ਉਹ ਵੀ ਉਹਨਾਂ ਨੂੰ ਦੇ ਦਿੱਤਾ, ਕਹਿੰਦੇ ਸੀ ਸਾਡਾ ਖਰਚਾ ਜ਼ਿਆਦਾ ਵਾ ਅਤੇ ਉਹਨਾਂ ਨੇ ਫਿਰ ਉਹ ਵਿੱਚੋਂ ਥੋੜ੍ਹੇ ਜਿਹੇ ਪੈਸੇ ਕੰਮ ਕਰ ਦਿੱਤੇ, ਕਹਿੰਦੇ ਤੁਸੀਂ ਆਪਣੇ ਬੰਦੇ ਲਾ ਕੇ ਵਿੱਚ ਨਾ ਪੱਧਰੀ ਚੜਾ ਦਿਓ, ਪੈਸੇ ਕੰਮ ਕਰਦੇ ਨੇ ਅਤੇ ਉਹ ਫਿਰ ਇਨਸ਼ਾਲਾ ਹੁਣ ਪੱਧਰੀ ਕਰਨਗੇ ਜੇ ਤਾਂ ਗਏ ਹੋਏ ਆ, ਅਤੇ ਮੈਂ ਫਿਰ ਚਲੋ ਜਲਦੀ ਰੋਟੀ ਬਣਾ ਲਾ ਬਣਾ ਕੇ ਅਤੇ ਲੈ ਕੇ ਜਾਵਾਂਗੇ। ਹੁਣ ਪੇਸਟ ਹੋ ਜਾਂਦਾ ਤਿਆਰ ਅਤੇ ਫਿਰ ਮੈਂ ਖਾਣਾ ਬਣਾ ਲਾਂ। ਅੱਛਾ ਜੀ, ਕੇਕ ਗਰਮ ਹੋ ਚੁੱਕਾ ਵਾ ਅਤੇ ਵਿੱਚ ਮਿਕਸ ਕਰ ਦਿੰਦੇ ਪਿਆਜ਼, ਪਿਆਜ਼ ਵਿੱਚ ਮਿਕਸ ਕਰ ਦਿੱਤੇ, ਹਰ ਤਰ੍ਹਾਂ ਪਿਆਜ਼ ਗੋਲਡਨ ਗੋਲਡਨ ਹੋ ਜਾਂਦੇ ਆ, ਲਸਣ ਦਾ ਪੇਸਟ ਮੈਂ ਜਿਹੜਾ ਉਹ ਵੀ ਤਿਆਰ ਹੋ ਚੁੱਕਾ ਵਾ। ਅੱਛਾ ਜੀ, ਵਿੱਚ ਪੇਸਟ ਲਸਣ ਪਿਆਜ਼ ਪਾ ਤੇ ਲਸਣ ਪਿਆਜ਼ ਜਿਹੜੇ ਗੋਲਡਨ ਗੋਲਡਨ ਹੁੰਦੇ ਉੱਤੇ ਮੈਂ ਤਾਂ ਚਲੋ ਨਾਲ ਕੱਟ ਲੈਂਦੀ, ਉੱਪਰੋਂ ਛਿਲਕਾ ਟਮਾਟਰ ਦਾ ਸਾਰਾ ਲਾ ਦਿੰਦੀ, ਟਮਾਟਰ ਦਾ ਛਿਲਕਾ ਲਾ ਕੇ ਕਿਉਂਕਿ ਟਮਾਟਰ ਦਾ ਛਿਲਕਾ ਜਿਹੜਾ ਬਿਲਕੁਲ ਨਹੀਂ ਵਿੱਚ ਗਲਦਾ ਹੈਗਾ, ਇਸ ਤਰ੍ਹਾਂ ਲਾ ਕੇ ਨਾ ਅਤੇ ਫਿਰ ਇਹਨਾਂ ਨੂੰ ਕੱਟ ਦੇਣਾ, ਫਿਰ ਇਹਦਾ ਗੁੱਦਾ ਜਿਹਾ ਰਹਿ ਜਾਣਾ, ਫਿਰ ਗੁੱਦਾ ਜਿਹੜਾ ਉਹ ਮਸਾਲੇ ਦੇ ਵਿੱਚ ਹੀ ਨਾਲ ਮਿਕਸ ਹੋ ਜਾਊਗਾ। ਹੁਣ ਦਾਨੇ ਸੌਂ ਗਿਆ? ਨਹੀਂ, ਵੀ ਨਾ ਤਾਂ ਲਾ ਕੇ ਦਿੱਤੀਆਂ ਅਤੇ ਨਾ ਤਾਂ ਸੁਣਨ ਦਿਓ। ਟਮਾਟਰ ਲਿਆ ਛਿਲ ਸਰ, ਮੈਂ ਇਸ ਤਰ੍ਹਾਂ ਕੱਟ ਲੈਣੀ ਜਲਦੀ ਜਲਦੀ, ਇਹ ਵੀ ਮੇਰਾ ਕੰਮ ਹੋ ਜਾਵੇ।
ਨਾਲ ਹੀ ਆਟਾ ਗੁੱਲ ਲੈਂਦੇ ਅਤੇ ਜਲਦੀ ਅਸੀਂ ਛੇਤੀ ਰੋਟੀ ਦਾਣੇ ਦੇਖੋ ਸਾਹਮਣੇ ਮੰਜੀ ਚਾਰ ਪਾਈ ਅਤੇ ਪਿਆ ਕੰਬਾਈ ਲਾ ਕੇ ਦਿੱਤਾ ਨਾ ਫਾਤਮਾ ਸੌਂਗੀ ਅਤੇ ਦਾਨਿਸ਼ ਨਹੀਂ ਹਲੇ ਸੁੱਤਾ ਹੈਗਾ ਕੁੰਡੀ ਵਿੱਚ ਜਿਹੜਾ ਉੱਦਾਂ ਮਸ਼ੀਨਾਂ ਵੀ ਹੁਣ ਚੱਲੀਆਂ ਵਾ ਗ੍ਰੈਂਡ ਕਰਨ ਵਾਲੀਆਂ ਜਿਹੜਾ ਕੁੰਡੀ ਵਿੱਚ ਕੁੱਟ ਕੇ ਮੇਰੇ ਭੈਣ ਬਾਈ ਲਸਣ ਦਾ ਪੇਸਟ ਪਾਉਣਾ ਨਾ ਉਹਦਾ ਆਪਣਾ ਹੀ ਮਜ਼ਾ ਵਾ ਇੱਕ ਕੱਚੀ ਖਾਂਡੀ ਅਤੇ ਕੁੰਡੀ ਦੇ ਵਿੱਚ ਪਾ ਕੇ ਜਿਹੜਾ ਨਾ ਆ ਲਸਣ ਦਾ ਪੇਸਟ ਬਣਾਉਣਾ ਇਹਦਾ ਜ਼ਾਇਕਾ ਆਪਣਾ ਲਸਣ ਦਾ ਪੇਸਟ ਮਿਕਸ ਕਰਤਾ ਕੁੰਡੀ ਵੀ ਜਾ ਕੇ ਥੋੜ੍ਹਾ ਜਿਹਾ ਗੋਲਡਨ ਬਰਾਊਨ ਇਸ ਤਰ੍ਹਾਂ ਹੋ ਜਾਂਦਾ ਪਿਆਜ਼ ਮਿਕਸ ਕਰ ਦਿੰਦੀ ਹਾਂ ਟਮਾਟਰ ਇੱਧਰਲੀ ਸਾਈਡ ਤੋਂ ਕੈਮਰਾ ਇਸ ਵਾਸਤੇ ਨਹੀਂ ਮਾਰਨ ਦੀ ਇੱਧਰੋਂ ਨਾ ਧੁੱਪ ਵਾਲੀ ਸਾਈਡ ਤੋਂ ਸਾਫ਼ ਨਹੀਂ ਹੁੰਦਾ ਮਿਕਸ ਕਰ ਦਿੰਦੇ ਹਾਂ ਪਾਊਡਰ ਮਸਾਲੇ ਉਹ ਹਰੀਆਂ ਮਿਰਚਾਂ ਜਿਹੜੀਆਂ ਚਾਰ ਮੈਂ ਕੁੱਟੀਆਂ ਵਾ ਇਹ ਮਿਰਚ ਕਾਫ਼ੀ ਤੇਜ਼ ਆ ਅਤੇ ਹਾਫ ਚਮਚ ਜਿਹੜਾ ਨਾ ਮਿਰਚ ਮਿਰਚ ਦਾ ਪਾਉਂਗੇ ਹਲਦੀ ਦਾ ਪਾਊਡਰ ਹਲਦੀ ਦਾ ਪਾਊਡਰ ਹੈ ਥੋੜ੍ਹਾ ਜਿਹਾ ਇਹ ਬਸ ਡੱਬੀ ਝਾੜ ਦਿੰਦੀ ਇਹ ਹੋਰ ਪਿਆ ਵਾ ਥੋੜ੍ਹਾ ਜਿਹਾ ਵਿੱਚ ਪਾ ਕੇ ਡੱਬੀ ਰੱਖੂੰਗੀ ਨਮਕ ਮਸਾਲਾ ਲਿਆਂਦਾ ਕੋਲ ਆਲੂਆਂ ਪਾ ਦਿੰਦੀ ਫਿਰ ਬਾਅਦ ਵਿੱਚ ਪੱਕ ਜੂ ਉਹਨੂੰ ਫਿਰ ਤਿਆਰ ਕਰ ਦਿੰਦੀ ਨਾਲ ਥੋੜ੍ਹਾ ਪਾਣੀ ਮਿਕਸ ਕਰ ਦਿੰਦੀ ਮਸਾਲਾ ਖਾਈ ਹੋ ਜਾਂਦਾ ਆਲੂ ਜਿਹੜੇ ਮਿਕਸ ਕਰਾ ਵਾਸ ਕਰਕੇ ਲਿਆ ਰੱਖੇ ਹੋਏ ਸੀਗੇ ਅਤੇ ਹੁਣ ਨਾਲ ਮਿਕਸ ਕਰਦੀ ਆਲੂ ਅਤੇ ਨਾਲ ਹੀ ਆਲੂਆਂ ਦੀ ਬਣਾਈ ਹੋਈ ਨਾਲ ਹੀ ਮਸਾਲਾ ਜਿਹੜਾ ਉਹ ਤਿਆਰ ਕਰਨਾ ਹੁਣ ਦੋ ਤਿੰਨ ਮਿੰਟ ਇਹ ਮਸਾਲੇ ਵੀ ਆਲੂਆਂ ਦੀ ਇਸ ਤਰ੍ਹਾਂ ਬਣਾਈ ਕਰ ਲੈਣੀ ਅੱਛਾ ਜੀ ਮਾਸ਼ਾਅੱਲਾ ਸਾਲਨ ਬਣ ਕੇ ਤਿਆਰ ਹੋ ਚੁੱਲਾ ਮੈਂ ਥੋੜ੍ਹਾ ਜਿਹਾ ਮਸਾਲਾ ਕੁੱਟਿਆ ਵਾ ਹੁਣ ਬਿਸਮਿਲਾ ਕਰਦੀ ਵਿੱਚ ਮਸਾਲਾ ਮਿਕਸ ਕਰਦੀ ਹਾਂ ਬਿਸਮਿਲਾ ਮਸਾਲਾ ਵਿੱਚ ਮਿਕਸ ਕਰ ਦਿੰਦੇ ਗਰਮ ਮਸਾਲਾ ਮਿਕਸ ਕਰਤਾ ਧਨੀਆ ਜਿਹੜਾ ਧਨੀਆ ਕੱਟ ਕੇ ਮੈਂ ਰੱਖ ਲਿਆ ਧੋ ਕੇ ਲਿਆਈ ਹਾਂ ਅੱਛੀ ਤਰ੍ਹਾਂ ਪਾਣੀ ਸੀ ਥੋੜ੍ਹਾ ਜਿਹਾ ਫਿਰ ਕੁਛ ਕਰਦਾ ਨਹੀਂ ਧਨੀਆ ਵਿੱਚ ਮਿਕਸ ਕਰਤਾ ਥੋੜ੍ਹਾ ਜਿਹਾ ਹੋਰ ਪੱਕ ਜਾਂਦਾ ਵਾ ਫਿਰ ਮੈਂ ਨੀਚੇ ਲਾ ਲੈਂਦੀ ਹਾਂ ਅੱਛਾ ਜੀ ਇਹ ਮਿੱਟੀ ਇੰਨੀ ਚੀਕਣੀ ਹੈ ਨਾ ਬਹੁਤ ਜ਼ਿਆਦਾ ਚੀਕਣੀ ਹੈ ਇਹ ਤਾਂ ਮਾਰੋ ਇੱਦਾਂ ਸਿਰ ਨੂੰ ਅਤੇ ਸਿਰ ਨੂੰ ਹੀ ਹੁੰਦੀ ਹੈ ਹਨਾਨ ਸਾਰੇ ਆਉਣ ਡੇ ਆ ਗਏ ਬਾਜ਼ਾਰੋਂ ਹੋ ਕੇ ਵੀ ਆ ਗਏ ਅਤੇ ਹੁਣ ਮਾਸ਼ਾਅੱਲਾ ਭਰਤੀ ਜਿਹੜੀ ਹੈ ਨਾ ਭਰਤੀ ਦੇਖੋ ਵੀ ਇਹਨਾਂ ਨੇ ਵੱਡੇ ਖੂਹ ਹੀ ਲੱਗਦੇ ਆ ਦੇਖੋ ਹੁਣ ਭਰਤੀ ਵਿੱਚ ਸਿੱਟ ਗਏ ਸੀਗੇ ਅਤੇ ਉਹ ਗਾਂ ਜਿਹੜੀ ਹੁਣ ਕਈਆਂ ਦੇ ਨਾਲ ਖਿੱਚ ਖਿੱਚ ਵਿੱਚ ਕਰ ਦੇਣੀ ਹੈ ਹਨਾਨ ਆਵਾਜ਼ 'ਤੇ ਲੱਗੇ ਹੋਏ ਅਰਸਾਨ ਜਿਹੜਾ ਉੱਧਰ ਪਰੇ ਕੰਮ ਹਜੇ ਕਰਨ ਡਿਆ ਵਾ ਉਹਨਾਂ ਦਾ ਨਾਲ ਦੇ ਮਸਾਇਆਂ ਦਾ ਅਤੇ ਹੁਣ ਜਲਦੀ ਜਲਦੀ ਕੰਮ ਕਰਦੇ ਆ ਮਾਸ਼ਾਅੱਲਾ ਸਾਰੀ ਅੱਜ ਸ਼ਾਮ 'ਤੇ ਸਿੱਟ ਲਉਂਗੇ ਬਸ ਅੱਜ ਸ਼ਾਮ ਨੂੰ ਮੰਜੀਆਂ ਚਾਰ ਪਾਈਆਂ ਇੱਥੇ ਲੈ ਆਉਣੀਆਂ ਹੈ
ਹਾਂਜੀ ਇੱਥੇ ਲੈ ਆਉਣੀਆਂ ਚਾਰ ਪਾਈਆਂ, ਕਿਉਂਕਿ ਮੇਰੇ ਭੈਣ ਬਾਈ ਉਹ ਵੇਖਿਓ ਨਾ ਮਿੱਟੀ ਪੱਧਰੀ ਕਰਕੇ ਨਾ ਚਾਰ ਪਾਈਆਂ ਇਹਨਾਂ ਨੇ ਇੱਥੇ ਹੀ ਲੈ ਆਉਣੀਆਂ, ਕਿਉਂਕਿ ਸ਼ਾਮ ਨੂੰ ਪੈਣਗੇ ਵੀ ਇੱਥੇ ਵੀ ਰਾਤ ਵੀ ਜੇ ਲੱਗੀ ਤਾਂ ਇਹਨਾਂ ਨੇ ਸਾਰੇ ਸਿੱਟ ਕੇ ਇਹਨਾਂ ਨੇ ਮੈਂ ਬੱਸ ਲੈਣੇ ਆ, ਬੱਸ ਕਰਨੀ ਆ ਸਾਰੀ ਮਾਸ਼ਾਅੱਲਾ ਨੂੰ ਫਾਈਨਲ ਹੋ ਜੂਗੀ ਅਤੇ ਫਿਰ ਉਸ ਤੋਂ ਬਾਅਦ ਉੱਤੇ ਜਿਹੜੇ ਐਰੇ ਉੱਤੇ ਦੁਬਾਰਾ ਜਿਹੜੀਆਂ ਚੱਕਣੀਆਂ ਤਾਂ ਉਹ ਵੀ ਇਨਸ਼ਾਅੱਲਾ ਫਿਰ ਚੱਕਾਂਗੇ, ਪਰ ਕਿਤੇ ਭਰਤੀ ਜਿਹੜੀ ਮੁਕੰਮਲ ਹੋ ਚੁੱਕੀ ਆ। ਦੁਪਹਿਰੇ ਮੈਂ ਨਹੀਂ ਸੀ ਆਈ ਹੈਗੀ ਕਿਉਂਕਿ ਮੇਰੀ ਤਬੀਅਤ ਕਾਫੀ ਖਰਾਬ ਹੋ ਗਈ ਸੀਗੀ ਅਤੇ ਨਾ ਸਿਰ 'ਚ ਬਹੁਤ ਜ਼ਿਆਦਾ ਦਰਦ ਹੋਣ ਰਹੀ ਸੀ, ਮੈਂ ਇਹਨਾਂ ਨੂੰ ਫੋਨ ਕਰਤਾ ਸੀ ਮੈਂ ਕਿਹਾ ਰੋਟੀ ਲੈ ਜਾਓ ਆ ਕੇ, ਫਿਰ ਰੋਟੀ ਜਾ ਕੇ ਲੈ ਆਏ ਸੀਗੇ ਅਤੇ ਹੁਣ ਮਾਸ਼ਾਅੱਲਾ ਹਨਾਨ ਗਿਆ ਸੀ, ਹਨਾਨ ਜਾ ਕੇ ਰੋਟੀ ਲੈ ਆਇਆ ਸੀ। ਹੁਣ ਨਾਲ ਨਾਲ ਜਿਹੜੇ ਕੰਮ ਕਰਦੇ ਹਾਂ ਇਨਸ਼ਾਅੱਲਾ ਫਿਰ ਆਪਣੇ ਭੈਣ ਭਾਈਆਂ ਦੇ ਨਾਲ ਨਾਲ ਜ਼ਰੂਰ ਸ਼ੇਅਰ ਕਰਾਂਗੇ, ਜਿਹੜੇ ਹੋਰ ਕੋਈ ਕੀਤਾ ਨਾ ਹੋਰ ਕੀਤਾ ਫਿਰ ਜੇ ਇੰਨਾ ਕੁ ਮੇਰੇ ਕੋਲ ਮੇਰਾ ਵਲੋਗ ਬਣਿਆ ਬਸ ਫਿਰ ਇੰਨਾ ਕੁ ਜਿਹੜਾ ਭੈਣ ਭਾਈਆਂ ਨੇ ਆਪਣੇ ਨਾਲ ਮੈਂ ਅਪਲੋਡ ਕਰ ਲੈਣਾ ਵਾ। ਅਤੇ ਦਿਨ ਵੀ ਥੋੜ੍ਹਾ ਜਿਹਾ ਰਹਿ ਗਿਆ ਵਾ, ਮੈਂ ਹੁਣ ਆਈ ਸੀਗੀ, ਮੈਂ ਕਿਹਾ ਚੱਲ ਨਾਲ ਥੋੜ੍ਹੀ ਜਿਹੀ ਬਾਹਰ ਦਾ ਵੀ ਮਾਹੌਲ ਆਪਣੇ ਭੈਣ ਭਾਈਆਂ ਨੂੰ ਦਿਖਾਵਾਂ। ਅਤੇ ਹੁਣ ਜਾ ਰਹੀ ਮੈਂ ਘਰ ਨੂੰ, ਪਲਾਟ ਤੁਸੀਂ ਹੋ ਕੇ ਵਾਪਸ ਆ ਗਏ, ਮੈਂ ਮੰਦਾਨਸ਼ੀ ਵਿੱਚ ਮੇਰੇ ਮਗਰ ਗਿਆ ਸੀਗਾ ਅਤੇ ਇੱਕ ਦਲੀਏ ਦੋ ਡੱਬੇ ਲੈ ਕੇ ਆਏ ਮੈਂ ਮੰਦਾਨਸ਼ੀ ਵਾਸਤੇ ਅਤੇ ਨਾਲ ਫਾਤਮਾ ਵਾਸਤੇ, ਦੋਨਾਂ ਦੀ ਤਬੀਅਤ ਨਹੀਂ ਠੀਕ ਹੈਗੀ, ਮੋਸ਼ਨ ਲੱਗੇ ਹੋਏ ਅਤੇ ਨਾਲ ਕੇਲੇ ਵੀ ਲੈ ਕੇ ਆਇਆ ਸੀਗਾ ਅਤੇ ਕੇਲੇ ਕਿੰਨੇ ਖਾਦੇ ਮਤਲਬ ਬੁਖਾਰ ਨਾ, ਬੁਖਾਰ ਨਾ ਕੁਛ ਨੀ ਖਾ ਰਿਹਾ। ਹਾਂਜੀ ਦਿੱਤੀ ਸੀ, ਹੁਣ ਫਿਰ ਮੈਂ ਦਿੰਨੀ ਆ ਦਲੀਆ ਬਣਾ ਕੇ ਦੇ ਕੇ ਨਾ, ਤੇ ਦੁੱਧ ਕਿਹਾ ਸੀਗਾ ਦੁੱਧ ਲਿਆਂਦਾ, ਦੁੱਧ ਮੈਂ ਕਿਹਾ ਦਲੀਆ ਬਣਾ ਦਵਾਂ ਕਿਉਂਕਿ ਦੁੱਧ ਵਿੱਚ ਬਣਨ ਵਾਲਾ ਨਾ। ਹਾਂਜੀ ਅੱਜ ਮੇਰਾ ਆਤਾ ਵੈਸੇ ਅਨਾਇਨ ਦੇ ਦੀ, ਅਨਾਇਨ ਵੀ ਨਾ ਇਹ ਨਾ ਮੋਸ਼ਨ ਵਾਸਤੇ ਅੱਛੇ ਆ ਕੇਲੇ ਜਿਹੜੇ। ਅਨਾਇਨ ਵੀ ਅੱਜ ਤਬੀਅਤ ਖਰਾਬ ਹੋਈ ਹੈ ਅਨਾਇਨ ਦੀ। ਅੱਛਾ ਜੀ ਮਾਸ਼ਾਅੱਲਾ ਝੋਨਾ ਸਾਰੇ ਝੋਨਾ ਵਾ ਨਾਲ ਆਉਂਦਾ ਫਗੀ ਜਾਂਦੇ ਆਪਣੇ ਭੈਣ ਭਾਈਆਂ ਨੂੰ ਝੋਨਾ ਵਾ ਸਾਰਾ ਹੀ ਮਾਸ਼ਾਅੱਲਾ ਝੋਨਾ ਵਾ। ਇੱਕ ਮੇਰੀ ਇੰਡੀਆ ਦਾ ਧੀ ਆ ਉਹ ਕਹਿੰਦੀ ਹੈ, ਮੇਰੀ ਮੰਮੀ ਕਹਿੰਦੀ ਹੈ, ਕਹਿੰਦੀ ਮੰਮੀ ਜੀ ਇਹ ਤਾਂ ਮਾਹੌਲ ਸਾਰਾ ਹੀ ਸਾਡੇ ਵਾਲਾ ਵਾ, ਇੱਥੇ ਢਾਡੇ ਸਾਈਡ 'ਤੇ ਸਾਰਾ ਮਾਹੌਲ ਇੱਥੇ ਦਾ ਆ ਸਾਡੇ ਵਾਂਗਰ ਹੀ ਆ। ਹਾਂਜੀ ਦੇਖੋ ਜੀ ਮਾਸ਼ਾਅੱਲਾ ਸਾਰਾ ਇਸ ਤਰ੍ਹਾਂ ਹੀ ਮਾਹੌਲ। ਅਤੇ ਮੈਂ ਕਿਹਾ ਚੱਲ ਥੋੜ੍ਹਾ ਜਿਹਾ ਭੈਣ ਭਾਈਆਂ ਨਾਲ ਬਾਹਰ ਦਾ ਜਿਹੜਾ ਨਾ ਥੋੜ੍ਹਾ ਸ਼ੇਅਰ ਕਰਦੇ ਹੈਗੀ ਆ ਮੰਦਾਨਸ਼ ਅਤੇ ਨਾ ਫਾਤਮਾ ਸਾਡੇ ਨਾਲ। ਅਸੀਂ ਨਾ ਗਾਉਣ ਦੀ ਸਾਈਡ ਦੀ ਗੇੜਾ ਕੱਢ ਕੇ ਅਤੇ ਜਾ ਰਹੇ ਹਾਂ। ਅੱਛਾ ਜੀ ਦੇਖੋ ਝੋਨਾ ਇਸ ਸਾਈਡ ਦਾ, ਇੱਧਰ ਫਿਕਰ ਮਿਰਚਾਂ, ਮਿਰਚਾਂ ਦਾ ਵੀ ਹੁਣ ਐਂਡ ਹੋ ਗਿਆ ਵਾ ਅਤੇ ਅੱਗੇ ਆ ਰਹੇ ਦੋ ਡੌਗੀ। ਹਾਂਜੀ ਨਹੀਂ ਪੈਂਦੇ ਨਹੀਂ ਛੋਟੇ ਛੋਟੇ ਹੀ ਆ।